ਗੁੱਡ ਮਾਰਨਿੰਗ ਸਾਰਿਆਂ ਨੂੰ, ਕਿਵੇਂ ਸਾਰੇ? ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ। ਅਤੇ ਮੈਂ ਜਿਮ ਤੋਂ ਆ ਚੁੱਕੀ ਹਾਂ ਅਤੇ ਹੁਣ ਮੈਂ ਵਲੌਗ ਤਾਂ ਬਣਾ ਰਹੀ ਹਾਂ ਕਿਉਂਕਿ ਮੈਂ ਜਾ ਰਹੀ ਹਾਂ ਕਸੌਲੀ ਫੋਰ ਅ ਵਰਕ ਐਂਡ ਮੇਰੇ ਸ਼ੂਟ ਦੇ ਲਈ। ਯੈਸ, ਸੋ ਮੈਂ ਜਾ ਰਹੀ ਹਾਂ ਕਸੌਲੀ ਅਤੇ ਮੈਂ ਪਹਿਲਾਂ ਹੀ ਆਲਰੇਡੀ ਬਹੁਤ ਲੇਟ ਹਾਂ। ਸੋ ਹੁਣ ਮੈਂ ਆਪਣੀ ਡਾਇਟ ਬਣਾ ਕੇ ਉਸ ਤੋਂ ਬਾਅਦ ਫਰੈਸ਼ ਹੋ ਕੇ ਰੈਡੀ ਹੋਣਾ ਵਾਂ, ਫਿਰ ਮੈਂ ਤੁਹਾਨੂੰ ਜਲਦੀ ਮਿਲਦੀ ਹਾਂ। ਅਤੇ ਅੱਜ ਆਪਾਂ ਸੈਰ ਕਰਾਂਗੇ ਕਸੌਲੀ ਦੀ। ਫਾਈਨਲੀ ਮੈਂ ਹੋ ਚੁੱਕੀ ਰੈਡੀ, ਮੈਂ ਆਪਣੀ ਡਾਇਟ ਵੀ ਲੈ ਲਈ ਅਤੇ ਹੁਣ ਮੈਂ ਘਰੋਂ ਚੱਲੀ ਹਾਂ ਅਤੇ ਆਪਾਂ ਫਟਾਫਟ ਚੱਲੀਏ ਕਿਉਂਕਿ ਕਸੌਲੀ ਜਾਣਾ ਹੈ ਤਾਂ ਰਾਸਤਾ ਹੈਗਾ 2-3 ਘੰਟੇ ਦਾ। ਸੋ ਯੈਸ, ਅਤੇ ਮੇਰੀ ਪੂਰੀ ਲੁੱਕ, ਮੈਂ ਪਾਈ ਹੈ ਆਪਣੀ ਬੈਗੀ ਜੀਨ ਬਿਕੋਜ਼ ਮੈਂ ਕੰਫਰਟੇਬਲ ਹੋ ਕੇ ਜਾਣਾ ਚਾਹੁੰਦੀ ਹਾਂ, ਨਾਲ ਮੈਂ ਪਾਇਆ ਵਾ ਬੋਡੀ ਸੂਟ ਐਂਡ ਨਾਲ ਮੈਂ ਪਾਏ ਆਪਣੇ ਨਾਈਕੀ ਦੇ ਸ਼ੂਜ਼। ਸੋ ਯੈਸ, ਸੋ ਮੈਂ ਤੁਹਾਨੂੰ ਮਿਲਦੀ, ਮੈਂ ਆਲਰੇਡੀ ਬਹੁਤ ਲੇਟ ਹਾਂ। ਬਾਏ ਬਾਏ। ਯੇ, ਅੱਜ ਬਹੁਤ ਬਹੁਤ ਟ੍ਰੈਫਿਕ, ਅੱਜ ਗਾਂਧੀ ਜੀ ਦਾ ਜਨਮ ਦਿਨ ਹੈ ਨਾ, ਤਾਂ ਕਰਕੇ ਅੱਜ ਜਿਹੜੇ ਇਨਸਾਨ ਮੇਰੇ ਨਾਲ ਚੱਲੇ ਨੇ ਇਹ ਬੜੇ ਹੀ ਖੱਪੀ ਨੇ। ਤੇ ਇਹ ਕਹਿ ਰਹੇ ਸੀ ਤੇਰੇ ਵਲੌਗ 'ਚ ਖੱਪ ਪਾਉਣੀ ਆ, ਆਹ ਦੇਖ ਲਓ ਕੋਈ ਗਧਾ ਆਇਆ। ਗਧਾ ਆਇਆ, ਲੈ ਹੁਣ ਬੋਲਦੇ ਨਹੀਂ, ਕਹਿੰਦੇ ਵਲੌਗ ਸ਼ੁਰੂ ਕਰ ਲੈ, ਅਸੀਂ ਖੱਪ ਪਾਵਾਂਗੇ। ਬੋਲਾ ਫੋਨ ਹੁਣ ਚੁੱਪੇ ਕਰਕੇ, ਚਲੋ ਦੁਬਾਰਾ ਲਾ, ਦੁਬਾਰਾ ਬਣਾਉਣੇ। ਤੁਸੀਂ ਸ਼ਕਲ ਮੇਰੀ ਦੇਖੋ, ਇੰਨੀ ਪ੍ਰੀਟੀ ਸ਼ਕਲ। ਹੋਰ ਕੁਛ? ਚਲੋ ਕੋਈ ਗੱਲ ਨੀ ਗਾਇਸ, ਮਿਲਦੇ ਆ ਜਲਦੀ। ਤੇ ਅਸੀਂ ਅੱਜ ਮਨਾ ਕੇ ਆਏ ਆ ਗਾਂਧੀ ਜੀ ਦਾ, ਯੂ ਨੋ, ਬੜੀ ਗਾਂਧੀ ਬੜੀ ਦਾ ਜਨਮ ਦਿਨ। ਕੇਕ ਬਹੁਤ ਸਵਾਦ ਸੀਗਾ ਅੱਜ ਸਾਡੇ, ਜਿਹੜਾ ਬਾਬੇ ਦਾ ਕੱਟਿਆ ਅੱਜ ਗਾਂਧੀ ਜੀ ਦਾ ਪੋਹਾ। ਅਸੀਂ ਪੋਹਾ ਜ਼ਿਆਦਾ ਖਾ ਕੇ ਸਾਡਾ ਅਮਰੇ ਤੱਕ ਡਿੱਕੀ ਲੱਗ ਗਈ ਆ, ਪੋਹੇ ਨੇ ਨਾ ਮਰਤ ਮਾਰਤੀ ਸਾਡੀ ਭਾਈ। ਉੱਤੇ ਪੀਤਾ ਦੁੱਧ, ਹੁਣ ਔਖਾ ਹੋਇਆ ਬੇ ਕੰਮ ਮਿੱਤਰੋ। ਤੇ ਮੈਂ ਕਹਿ ਰਹੀ ਸੀ ਕਿ ਜਦੋਂ ਆਪਾਂ ਨੂੰ ਭੁੱਖ ਲੱਗੀ ਹੋਵੇ ਉਦੋਂ ਆਪਾਂ ਨੂੰ ਇੰਨੀ ਜਲਦੀ ਜਲਦੀ ਨਹੀਂ ਖਾਣਾ ਚਾਹੀਦਾ, ਫਿਰ ਆਪਾਂ ਨੂੰ ਹੁੰਦਾ ਏਦਾਂ ਕਿ ਹੈਵੀ ਹੋ ਜਾਂਦਾ ਬਹੁਤ, ਨਾਲ ਦੀ ਨਾਲ ਗਿਆਨ ਵੀ ਦੇ ਦਿੱਤੇ। ਹੁਣ ਸਾਡਾ ਕੰਮ ਔਖਾ ਪਿਆ ਬਹੁਤ ਜ਼ਿਆਦਾ। ਕਿੰਨੀ ਭੈੜੀ ਆਵਾਜ਼ ਕੱਢਣੀ, ਕਿਤੇ ਵੀ ਸਟੇ ਹੋ ਸਕਦੀ ਸਾਡੀ, ਕਿਤੇ ਵੀ ਜੰਗਲ ਆਉਣੇ ਆ ਪੂਰੇ ਮਾਰੋ ਮਾਰ, ਅੱਗੇ ਬੋਤਲ ਆਪਣੀ ਆਪਣੀ ਚੱਕ ਲਓ ਏ ਪਾਣੀ ਦੀ, ਪਾਣੀ ਦੀ, ਪਾਣੀ ਦੀ। ਉਹ ਸੌਰੀ, ਮੈਂ ਉਹ ਕੋਲਡ ਡਰਿੰਕ ਲੈ ਕੇ ਆਈ ਆ ਸਾਡੇ 10-10 ਰੁਪਏ ਦੀ ਲੋੜ ਪੈਣੀ ਆ, ਜੰਗਲਾਂ ਦੇ ਵਿੱਚ ਦੁਰ ਕੇ ਜਾਣਾ, ਟ੍ਰੈਕਿੰਗ ਕਰਨੀ ਆ, ਕੋਲਡ ਡਰਿੰਕ ਨਹੀਂ ਚੱਲਣਾ ਹੈਗਾ। ਮੈਂ ਬਹੁਤ ਸਨੈਕਸ ਲੈ ਕੇ ਆਈ ਆ, ਡਿੱਗੀ ਚ ਪਏ ਆ। ਓਕੇ, ਯੈਸ। ਉਹ ਮੈਂ ਤੁਹਾਨੂੰ ਕਹੂੰਗੀ ਕਿ ਪੰਜਾਬੀ ਕਿੱਥੇ ਆ ਗਈ, ਤੁਸੀਂ ਕਹਿੰਦੇ ਪਹਾੜਾਂ ਚ, ਠੀਕ ਆ, ਪਹਾੜਾਂ ਚ, ਪਹਾੜਾਂ ਚ, ਪਹਾੜਾਂ ਚ, ਪਹਾੜਾਂ ਚ। ਰੁਕ ਜਾ, ਉਹ ਪਹਾੜ ਨਹੀਂ ਕਹਿਣਾ, ਪਹਾੜਾਂ ਚ ਕਹਿਣਾ ਸਾਰੇ, ਪਹਾੜਾਂ ਚ ਆ ਗਏ ਆ। ਠੀਕ ਆ, ਇੱਕ ਰੁਕੋ ਮੈਨੂੰ ਬੋਲਣ ਦਿਓ, ਪੰਜਾਬੀ ਕਿੱਥੇ ਆ ਗਏ, ਪਹਾੜਾਂ ਚ ਆ ਗਏ ਆ। ਹੈਲੋ, ਪਹਾੜਾਂ ਚ ਆ ਗਏ, ਪਹਾੜਾਂ ਚ, ਇਹ ਤਾਂ ਲੱਗ ਹੀ ਆ, ਇਹ ਲੱਗ ਹੀ ਚੱਲ ਰਿਹਾ ਆ, ਇਹ ਕਮਾਂਡ ਲੇਟ ਫੜਦਾ, ਪ੍ਰੋਸੈਸਰ ਸਲੋ ਆ ਇਹਦਾ, ਰੈਮ ਪਾਉਣ ਵਾਲੀ ਹੈ। ਜੋ ਆਪਾਂ ਮਾਰ ਰਹੇ ਹੈ ਪਹਾੜੋਂ ਮੇ, ਹਿੰਦੀ ਚੈੱਕ ਕਰੋ,
हम आज आ गए हैं पहाड़ों में। जे दिल करा छाल मारने का तो जे दिल करा छाल मारने जे दिल करा छाल मारने का जे कहते ना लांगा जाता है ना टापा जाता है पता नहीं क्या बोर दी मैंने तो तेरे ही जाएगा ਟ੍ਰੈਫਿਕ ਹੀ ਟ੍ਰੈਫਿਕ ਹੁਣ ਤਾਂ ਹਿਮਾਚਲ ਵੜਦੇ ਸਾਰੀ ਟ੍ਰੈਫਿਕ ਮਿਲ ਗਿਆ ਲੱਗਦਾ ਸਾਰੇ ਗਾਂਧੀ ਦਾ ਕੇਕ ਕੱਟਣ ਚੱਲੇ ਆ ਸੋਰੀ ਗਾਂਧੀ ਜੀ ਦਾ ਕੇਕ ਕੱਟਣ ਚੱਲੇ ਆਨ ਬਾਨ ਸ਼ਾਨ ਮੇਰਾ ਸਟਾਰਬਕਸ ਆਏ ਇਹ ਕੀ ਗੱਲ ਹੋਈ ਮੇਰੀ ਆਨ ਬਾਨ ਸ਼ਾਨ ਮੇਰਾ ਸਟਾਰਬਕਸ ਬੰਦਾ ਕੇ ਧੀਮੀ ਹੈ ਇਹ ਮਿਕਸ ਆ ਅੱਛਾ ਤੂੰ ਮਿਕਸ ਚੀਜ਼ਾਂ ਪੀਨੀ ਆ ਲਾਡੋ ਆਈ ਲਾਡੋ 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 ਇਹ ਲਾਡੋ ਫਾਈਨਲੀ ਮੇਰੀ ਖੁਸ਼ੀ ਮੇਰੇ ਹੱਥੋਂ ਮਿਲੀ ਫਾਈਨਲੀ ਮੈਂ ਕਸੌਲੀ ਉਹ ਜਿੱਦਾਂ ਉੱਚੀ ਜਿਹੜਾ ਬੋਲਦੇ ਰਹਿੰਦੇ ਮੰਮੀ ਮੈਂ ਕਸੌਲੀ ਪਹੁੰਚ ਗਈ ਇੱਥੇ ਸੱਚੀ ਕਿੰਨਾ ਸਕੂਨ ਆ ਕਿੰਨੀ ਸਕੂਨ ਭਰੀ ਹਵਾ ਚੱਲ ਰਹੀ ਹਾਏ ਮੈਂ ਜੀ ਕਰਦਾ ਮੈਂ ਇੱਥੇ ਬੱਸ ਜਾਂ ਪਰ ਬਸ ਉਹੀ ਗੱਲ ਕਰਨੀ ਆ ਤੁਸੀਂ ਗਿਰਨ ਵਾਲੀ ਹੋ ਠਾਰ ਤਾਂ ਨਹੀਂ ਮਾਰਦੇ ਹਾਏ ਹਵਾ ਕਿੰਨੀ ਠੰਡੀ ਆ ਇੱਥੇ ਫਾਈਨਲੀ ਅੱਜ ਮੈਂ ਕਾਫੀ ਟਾਈਮ ਬਾਅਦ 6 ਮਹੀਨੇ ਹੋ ਗਏ ਗੱਡੀ ਲਈ ਨੂੰ ਤਾਂ ਕਾਫੀ ਟਾਈਮ ਬਾਅਦ ਮੈਂ ਸਨਰੂਫ ਚੋਂ ਬਾਹਰ ਨਿਕਲੀ ਆ ਮਸਾ ਹੀ ਕਿਤੇ ਐਡਜਸਟਮੈਂਟ ਕੀਤੀ ਹੈ ਤੇ ਮੈਂ ਹੁਣ ਵੀਡੀਓ ਬਣਾ ਲਵਾਂ ਈ ਹੌਲੀ ਹੁਣੀ ਸਾਡੇ ਇੱਕ ਸ਼ਾਇਰ ਨੇ ਸ਼ਾਇਰੀ ਬਣਾਈ ਆ ਖੂਬਸੂਰਤ ਕਸੌਲੀ ਪਹੁੰਚ ਰਹੇ ਹੌਲੀ ਹੌਲੀ ਜਾਕਰ ਕਾਏਂਗੇ ਬੋਲੀ ਵਾਹ 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 ਕੀ ਬਾਤ ਹੈ ਕੀ ਬਾਤ ਹੈ ਕੀ ਬੋਰੀ ਹੈ ਇੱਕ ਗੱਲ ਰਹਿ ਗਈ ਸੀ ਦੁਬਾਰਾ ਬੋਲਦੇ ਹਾਂ ਖੂਬਸੂਰਤ ਕਸੌਲੀ ਜਾ ਰਹੇ ਹੈ ਹੌਲੀ ਹੌਲੀ ਖਾਏਂਗੇ ਜਾਕਰ ਬੋਲੀ ਹਾਂ ਬਰਕਰ ਲੈ ਕੇ ਆਏਂਗੇ ਡੋਲੀ 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 ਨੀ ਡੋਲੀ ਡੋਲੀ ਜਿਹੜਾ ਡੋਲੂ ਹੁੰਦਾ ਆ ਗਾਂਧੀ ਜੀ ਦਾ ਜਨਮ ਦਿਨ ਤੇ ਕਸੌਲੀ ਲੋਕੀ ਕੇਕ ਕੱਟਣ ਆਏ ਆ ਆਪਾਂ ਤਾਂ ਕੇਕ ਕੱਟ ਆਏ ਆ ਚਿਪਸ ਖਾ ਲੇ ਲੇਸ ਖਾ ਲੇ ਤੁਸੀਂ ਲੇਸ ਵੀ ਖਾਣੇ ਹੋ ਮੈਨੂੰ ਤਾਂ ਲੱਗਦਾ ਤੁਹਾਡੇ ਨਾਲ ਮਿਲਦੀ ਆ ਆਹ ਦੇਖ ਆਹ ਜਿਹੜੇ ਬੈਠੇ ਆ ਆਹ ਤੇਰੇ ਵਰਗੀ ਆਹ ਦੇਖੋ ਤੁਸੀਂ ਲਾਡੋ ਲਾਤੀ ਆ ਪਾਰਕਿੰਗ ਪਾਰਕਿੰਗ ਹੀ ਨੀ ਮਿਲ ਰਹੀ ਸੀ ਅੱਜ ਗਾਂਧੀ ਜੀ ਦਾ ਜਨਮ ਦਿਨ ਆ ਨਾ ਤਾਂ ਕਰਕੇ ਹੁਣ ਅਸੀਂ ਚੱਲੇ ਆ ਕੁਛ ਖਾਣ ਪੀਣ ਖਾ ਪੀ ਕੇ ਆਪਾਂ ਜਾਵਾਂਗੇ ਟ੍ਰੈਕਿੰਗ ਤੇ ਜਿਹੜੀ ਥੋੜੀ ਬਹੁਤੀ ਟ੍ਰੈਕਿੰਗ ਹੈਗੀ ਇੱਥੇ ਕਸੌਲੀ ਚ ਸਾਈਡ ਪੁਆਇੰਟ ਜਾਣਾ ਤੁਸੀਂ ਸੁਸਾਈਡ ਓਏ ਅੰਕਲ ਜੀ ਆ ਗਏ ਨਹੀਂ ਨਹੀਂ ਅਸੀਂ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ
ਇੱਕ ਤਾਂ ਚਾਹ 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 ਕਰਦੇ ਰਹਿੰਦੇ ਸਾਰੇ, ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਇੱਥੇ। ਇਹ ਆ ਕਸੌਲੀ ਦੀ ਮਸ਼ਹੂਰ ਚਰਚ, ਜਿਹੜੀ ਚਰਚ ਘੱਟ ਤੇ ਫੋਟੋ ਪੁਆਇੰਟ ਜ਼ਿਆਦਾ ਆ। ਬਸ ਪਹੁੰਚਣੇ ਵਾਲੇ ਆ, ਹੁਣ ਅਸੀਂ ਚੱਲੇ ਆ ਟ੍ਰੈਕਿੰਗ ਕਰਨ। ਲੱਗ ਜਾਣਗੇ 10-15 ਮਿੰਟ। ਹੋਰ ਕੀ, ਅਸੀਂ ਬਹੁਤ ਜ਼ਿਆਦਾ ਝੂਟੇ ਮਟੇ ਲੈਂਦੇ ਜਾ ਰਹੇ ਹਾਂ। ਤੁਸੀਂ ਫੋਨ ਦੇ ਹਿੱਲਣ ਤੋਂ ਹਿਸਾਬ ਲਾਈ ਸਕਦੇ ਹੋ ਕਿੰਨੇ ਝੂਟੇ ਮਟੇ ਆ ਰਹੇ ਸਾਨੂੰ। ਚਾਹ ਉਤਲ ਬੁਤਲ ਹੋ ਰਹੀ ਹੈ ਜਿਹੜੀ। ਹੁਣ ਅਸੀਂ ਪਹੁੰਚ ਚੁੱਕੇ ਹਾਂ ਆਪਣੀ ਸ਼ੁਰੂਆਤ ਤੇ, ਜੋ ਕਿ ਸਾਡਾ ਟ੍ਰੈਕਿੰਗ ਪੁਆਇੰਟ ਆ। ਆਏ ਹੁਣ ਕਾਫੀ ਲੋਕ ਇੱਥੇ ਕਸੌਲੀ ਤਾਂ ਯਾਰ, ਚੰਡੀਗੜ੍ਹ ਇਹ ਦੂਜਾ ਮੋਹਾਲੀ ਆ ਕਹਿ ਸਕਦੇ ਆ। ਆ ਗਈ ਸਾਡੀ ਲੈਂਬੋਰਗਿਨੀ, ਵੈਰੀ ਨਾਈਸ ਗਾਇਸ। ਉਹ ਕਾਲਾ ਕਾਂ ਮਹਾਤਮਾ ਗਾਂਧੀ ਜਿੰਦਾਬਾਦ ਜਿੰਦਾਬਾਦ, ਇਹ ਕਾਂ ਪੈਂਦਾ ਆ ਕਿਹਨੂੰ ਪੈਂਦਾ ਮੈਨੂੰ। ਓਕੇ, ਕਿੰਨਾ ਸੋਹਣਾ ਲੱਗ ਰਿਹਾ ਆ। ਉਰੇ ਖੜ ਕਮਲ ਰੱਬਾ, ਮੈਂ ਤਾਂ ਹੁਣੇ ਥੱਕ ਗਈ ਆ, ਬਹੁਤ ਟਾਈਮ ਬਾਅਦ ਆਈ ਨਾ। ਆਈ ਐਮ ਡੈਡ, ਆਈ ਐਮ ਡਨ ਗਾਈਸ, ਬਟ ਚੜ੍ਹਨਾ ਪੈਣਾ ਵਾ ਹੁਣ, ਪੰਗਾ ਲਿਆ ਆ ਤੇ ਪੂਰਾ ਕਰਕੇ ਆਵਾਂਗੇ। ਆਪਾਂ ਵੀ ਪੰਜਾਬੀ ਹੁੰਦੇ ਹਾਂ। ਬਾਏ ਫੁੱਲ ਕਿੰਨੇ ਘੰਟਾ ਫੁੱਲ ਗਾਇਸ, ਫੁੱਲ ਤੂਫਾਨ ਚੱਲ ਰਿਹਾ, ਤੂਫਾਨ ਗਾਇਸ, ਤੂਫਾਨ ਆ ਗਿਆ, ਛਾਲ ਮਾਰੋ। ਤੂੰ ਹੀ ਛਾਲ ਮਾਰੀ, ਤੈਨੂੰ ਕਿਹੜਾ ਦਿਖਾਇਆ। ਤੈਨੂੰ ਫੁੱਲ ਵਰਗੇ ਕਹੀਏ ਜਾਂ ਫੁੱਲ ਤੇਰੇ ਵਰਗੇ, ਫੇਰ ਵੀ ਤੈਨੂੰ ਦਿਖਾਇਆ। ਸੋ ਗਾਇਸ, ਦਿਸ ਇਜ਼ ਅ ਲਵਰ ਪੁਆਇੰਟ ਆਫ ਕਸੌਲੀ। ਕਾਲੀਓ ਆ ਰਹੀ ਹੈ, ਕਾਲੀਓ। ਚਲੋ ਕੋਈ ਗੱਲ ਨਹੀਂ, ਸਾਈਡ ਪੁਆਇੰਟ ਤੱਕ ਪਹੁੰਚਦੇ ਪਹੁੰਚਦੇ ਮੇਰੇ ਬਾਲਾਂ ਦਾ ਹਾਲ ਹੋ ਚੁੱਕਾ ਕੁਛ ਏਦਾਂ ਦਾ। ਮਸੀਂ ਪਹੁੰਚੇ ਕਿਉਂਕਿ ਅੱਜ ਹਵਾ ਬਹੁਤ ਜ਼ਿਆਦਾ ਚੱਲ ਰਹੀ। ਲਾਸਟ ਟਾਈਮ ਮੈਂ ਜਦੋਂ ਆਈ ਸੀ ਉਦੋਂ ਇੰਨੀ ਜ਼ਿਆਦਾ ਹਵਾ ਨਹੀਂ ਸੀਗੀ, ਅਤੇ ਅੱਜ ਸਾਨੂੰ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਬਟ ਫਿਰ ਵੀ ਅਸੀਂ ਜਾ ਰਹੇ ਹਾਂ। ਇਹ ਤਾਂ ਚਲੋ ਸਾਡੀ ਮਰਜ਼ੀ, ਇਹਦੇ ਵਿੱਚ ਤੁਸੀਂ ਕੁਛ ਨਹੀਂ ਕਰ ਸਕਦੇ।
ਤੇ ਨਾ ਹੋਵੇ ਮੈਂ ਵਲੌਗ ਬਣਾਉਂਦੀ ਬਣਾਉਂਦੀ ਬਸ ਐਂ ਖਿਸਲ ਨਾ ਜਾਵਾਂ। ਚਿੱਟੇ ਵੀਰੇ ਮੈਂ ਉਦੋਂ ਦੀ ਇੱਕ ਵੀਡੀਓ ਬਣਾਉਣ ਦੀ ਟਰਾਈ ਕਰ ਰਹੀ ਮੈਂ ਤਾਂ ਉਹ ਨਹੀਂ ਬਣ ਰਹੀ ਯਾਰ। ਅੱਜ ਕੱਲ੍ਹ ਬੜਾ ਟ੍ਰੈਂਡ ਚੱਲ ਰਿਹਾ ਸੀ ਨਾ ਪਹਿਲਾਂ ਜ਼ੂਮ ਆ ਮੁੜ ਕੇ ਤੁਸੀਂ ਇੱਕਦਮ ਵਾਈਡ ਦੇ ਵਿੱਚ ਉਹਨੂੰ ਕਰ ਦਿੰਦੇ ਹੋ ਬਣੀ ਨਹੀਂ ਰਹੀ ਇੰਨੀ ਟਰਾਈ ਕਰਨ ਤੋਂ ਬਾਅਦ ਵੀ ਬਾਕੀ ਮੈਂ ਸਨਲਾਈਟ 'ਚ ਕਿੰਨੀ ਸੋਹਣੀ ਆ ਰਹੀ ਹਾਂ। ਅੱਛਾ ਜਿਹੜਾ ਕਿਲੋ ਮੇਕਅਪ ਕੀਤਾ ਹੈ ਸ਼ਟ ਅਪ ਲੈ ਲੈ ਨੋ ਮੇਕਅਪ ਆ ਬੜੀ ਵਾਲਾ ਮੇਕਅਪ ਆ ਆ ਜਾ ਤੇਰੀ ਸ਼ਰਟ ਤੇ ਲਾ ਕੇ ਦਿਖਾਵਾਂ ਨਹੀਂ ਨਹੀਂ ਗੰਦੀ ਨਹੀਂ ਕਰਨਾ ਅਸੀਂ ਹੁਣ ਚੱਲੇ ਹਾਂ ਵਾਪਸ ਕਿਉਂਕਿ ਹਨੇਰੀ ਆ ਰਹੀ ਹੈ ਤੇ ਅਸੀਂ ਸਾਰੇ ਪਤਲੇ ਪਤਲੇ ਹਾਂ ਅਸੀਂ ਉੱਡ ਵੀ ਸਕਦੇ ਹਾਂ। ਵਿਊ ਦੇਖੋ ਕਿੰਨਾ ਸੋਹਣਾ ਆ ਸਨਸੈਟ ਹੋਣ ਵਾਲਾ ਆ ਤੇ ਇੰਨੀ ਇੰਨੀ ਜ਼ਿਆਦਾ ਸੋਹਣੀ ਲੋਕੇਸ਼ਨ ਆ ਸੁਸਾਈਡ ਪੁਆਇੰਟ ਕੌਣ ਕਹਿੰਦਾ ਇਹਨੂੰ ਸੁਸਾਈਡ ਪੁਆਇੰਟ ਉੱਥੇ ਸਾਈਡ ਕਰਨੇ ਨੇ ਹਾਂਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਚੱਲ ਹੌਲੀ ਹੱਸੇ ਖੇਡਦੇ ਆਣਾ ਹੱਸਦੇ ਖੇਡਦੇ ਆਣਾ ਵਾ ਇੱਥੇ ਕੋਈ ਮੇਰੇ ਤੋਂ ਵੀ ਜ਼ਿਆਦਾ ਕੁੱਤੇ ਤੋਂ ਡਰਦਾ ਦੱਸਣਾ ਨਹੀਂ ਕਿਸੇ ਨੂੰ ਚੱਲ ਜੂਮ ਵੱਜ ਗਿਆ ਚਿਹਰੇ ਚੱਲ ਦੱਸਣਾ ਨਹੀਂ ਕਿਸੇ ਨੂੰ ਓਕੇ ਡਰ ਲੱਗਦਾ ਕਿੰਨਾ ਜ਼ਿਆਦਾ ਸੋਹਣਾ ਆ ਰਿਹਾ ਆ ਵਿਊ ਤੇ ਮੈਂ ਹੋ ਚੁੱਕੀ ਹਾਂ ਬਹੁਤ ਹੀ ਜ਼ਿਆਦਾ ਟਾਇਰਡ ਅਤੇ ਬਸ ਹੁਣ ਆਪਣਾ ਟੂਰ ਖਤਮ ਹੋਣ ਵਾਲਾ ਆ ਆਪਣੀ ਜਿਹੜੀ ਥੋੜ੍ਹੀ ਬਹੁਤੀ ਜੀ ਟਰੈਕਿੰਗ ਸੀਗੀ ਅਤੇ ਸਨਸੈਟ ਪਿੱਛੇ ਬਹੁਤ ਸੋਹਣਾ ਆ ਰਿਹਾ ਬਟ ਮੈਂ ਬਹੁਤ ਜ਼ਿਆਦਾ ਟਾਇਰਡ ਹੋ ਗਈ ਹਾਂ ਸੀਰੀਅਸਲੀ ਬਟ ਬਹੁਤ ਮਜ਼ਾ ਆਇਆ ਅਤੇ ਹੁਣ ਮੈਂ ਤੁਹਾਨੂੰ ਮਿਲਦੀ ਹਾਂ ਜਾ ਕੇ ਵਾਪਸ ਲਾਈਕ ਨੀਚੇ ਪਾਰਕਿੰਗ 'ਚ ਮਿਲਦੇ ਹਾਂ ਅਤੇ ਅੱਗੇ ਦੇਖਦੇ ਆਪਾਂ ਕੀ ਕਰਦੇ ਹਾਂ ਬਾਂਦਰ ਐਂਡ ਕੁੱਤਾ ਖੇਡ ਰਹੇ ਨੇ ਖੇਡ ਨਹੀਂ ਰਹੇ ਉਹ ਤਾਂ ਤੰਗ ਕਰਦਾ ਉਹਦੇ ਵਿੱਚ ਵੇਲਾ ਮਾਰਦਾ ਉਹਦੇ ਤੇ ਹੁਣ ਅਸੀਂ ਖਾਣ ਲੱਗੇ ਹਾਂ ਛੱਲੀ ਹੈਲੋ ਫਰੈਂਡ ਛੱਲੀ ਖਾ ਲਓ ਛੱਲੀ ਖਾ ਲਓ ਗਾਇਸ ਇਹਨੂੰ ਇੰਗਲਿਸ਼ ਚ ਕਹਿੰਦੇ ਆ ਛੱਲੀ ਨਾ ਛੱਲੀ ਨੂੰ ਇੰਗਲਿਸ਼ ਕਹਿੰਦੇ ਛੱਲੀ ਸੱਸਾ ਛੱਲੀ ਛੱਲੀ ਨਾ ਇਟਸ ਛੱਲੀ ਸਵੀਟ ਕੌਨਸ ਤਾਂ ਮੈਨੂੰ ਪਤਾ ਬਾਕੀ ਛੱਲੀ ਦਾ ਨਹੀਂ ਮੈਨੂੰ ਪਤਾ ਅੱਛਾ ਵਿਚਾਰ ਟੰਡਾ ਕਰ ਦੋ ਸਵੀਟ ਕੌਨ ਰਹਿ ਗਈ ਲਿਵਿੰਗ ਲਿਵਿੰਗ ਕੌਨਸ ਗਾਂਧੀ ਜੀ ਨੂੰ ਬੰਦ ਕਰੋ ਦੋ ਮਿੰਟ
ਬਸ ਹੁਣ ਅਸੀਂ ਚੱਲੇ ਹਾਂ ਵਾਪਸ, ਹਾਲੇ ਅਸੀਂ ਕੁਛ ਖਾਣਾ ਪੀਣਾ ਵਾ ਅਤੇ ਕੈਫੇ ਜਾਣਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਮੈਨੂੰ ਕੰਮ ਆ, ਸੋ ਉੱਥੇ ਜਾਣਾ ਪ੍ਰਮੋਸ਼ਨ ਕਰਨੀ, ਅਤੇ ਹੁਣ ਅਸੀਂ ਖੇਡ ਰਹੇ ਹਾਂ ਤਾਸ਼, ਸੋਰੀ ਮੈਂ ਪੱਤੇ ਦਿਖਾ ਰਹੀ ਸੀ, ਚਲੋ ਮੇਰੀ ਵਾਰੀ ਆ, ਓਹੋ ਤੁਹਾਨੂੰ ਦਿਖਾ ਰਹੀ ਪੱਤੇ ਮੈਂ ਸਿਰਫ ਆਪਣੇ, ਕਾਫੀ ਵੀ ਮੈਂ ਲੈ ਲਈ ਅਤੇ ਮੈਂ ਲੈ ਲਿਆ ਵਾ ਆਹ, ਮਤਲਬ ਮੈਨੂੰ ਗਿਫਟ ਮਿਲਿਆ ਵਾ, ਕਿਊਟ ਆ ਨਾ, ਸਟਾਰਬਕਸ ਦੀ ਕਾਪੀ ਵੀ ਹੋ ਗਈ ਅਤੇ ਸਟਾਰਬਕਸ ਦੀ ਸਾਰੀ ਡਾਇਰੀ ਐਂਡ ਸਟਾਰਬਕਸ ਦਾ ਪੈਨ, ਥੈਂਕ ਯੂ, ਬਾਏ ਬਾਏ ਕਸੌਲੀ, ਮਿਲਦੇ ਹੈ ਜਲਦੀ, ਕਸੌਲੀ ਦੀ ਸਾਥੀ ਤੇ ਨੱਤ ਮਸਤਕ ਹੋ ਕੇ ਸ਼ਾਨਦਾਰ ਵਾਪਸੀ ਕਰਦਾ ਹੋਇਆ ਆਏਂਗੇ ਦੁਬਾਰੇ ਹੌਲੀ ਹੌਲੀ, ਆਏਂਗੇ ਦੁਬਾਰਾ ਹੌਲੀ ਹੌਲੀ, ਕਸੌਲੀ ਲੈ ਜਾਏਂਗੇ ਭਰ ਕੇ ਝੋਲੀ, ਕਸੌਲੀ ਦੀ ਧਰਤੀ ਸੋ ਹੁਣ ਅਸੀਂ ਲੈਣ ਲੱਗੇ ਸਾਰਿਆਂ ਦਾ ਰਿਵਿਊ ਕਿ ਅੱਜ ਦੀ ਟ੍ਰਿਪ ਕਿੱਦਾਂ ਦੀ ਰਹੀ, ਪਹਿਲਾਂ ਦੱਸ, ਪਹਿਲਾਂ ਚਿੱਟੂ ਬੋਲੂਗਾ, ਚਿੱਟੇ ਬੋਲ, ਅੱਜ ਦਾ ਦਿਨ ਤਾਂ ਵਧੀਆ ਰਿਹਾ ਪੂਰਾ, ਪਰ ਛੱਲੀਆਂ ਨੇ ਥੋੜਾ ਜਿਹਾ ਮੂਡ ਖਰਾਬ ਕਰ ਦਿੱਤਾ, ਵੇਟ ਕੀਤੀ ਕਾਫੀ, ਅੱਛਾ ਉਹਨੇ ਵੱਧ ਪੈਸੇ ਤੇ ਚੱਲੀ ਆਏ ਛੱਲੀਆਂ 'ਚ, ਛੱਲੀਆਂ ਛੱਲੀਆਂ ਹੋ ਗਿਆ, ਇੱਕ ਤਾਂ ਇਹਨੂੰ ਛੱਲੀ ਆਏ ਜੀ ਬੇਲੀ ਸਾਲੀ ਨਾ ਬਰਾਤ ਸਿਰੇ ਦੀ, ਇਹ ਤਾਂ ਗੁੱਲੇ ਹੀ ਚੱਪਣਾ ਫਿਰ ਨਹੀਂ ਆ ਗਿਆ, ਦਾਣੇ ਦਾ ਹੀ ਦਾਣੇ ਦੂਣੇ ਤਾਂ ਆਏ ਉਹਦੇ ਜੀ, ਗੁੱਲੇ ਹੀ ਚੱਪਿਆ ਉਹਦਾ, ਉਹਦਾ ਇੱਕ ਛੱਲੀ ਦਾ ਨਾਮ, ਮਤਲਬ ਟ੍ਰਿਪ ਵਧੀਆ ਸੀ ਵੈਸੇ, ਬਾਕੀ ਸਾਰੀ ਵਧੀਆ, ਬਾਂਦਰਾਂ ਨੇ ਦੋ ਤਿੰਨ ਹੱਥ ਮਿਲਾਇਆ ਥੋੜਾ ਜਿਹਾ, ਮੈਨੂੰ ਹੱਥ ਧੋਣਾ ਪੈ ਗਿਆ ਫਿਰ, ਮੈਨੂੰ ਡਰ ਲੱਗਦਾ ਆ ਹਾਈਟ ਤੋਂ, ਚਿੱਟੇ ਕਰ ਮੈਨੂੰ ਸਭ ਤੋਂ ਵਧੀਆ ਲੱਗਿਆ ਜਿਹੜਾ ਪੈਨ ਖਰੀਦੇ ਆਪਾਂ, ਉੱਡਦਾ ਤੀਰ ਤੀ, ਜਿਹੜਾ ਪੈਨ ਮੈਂ ਤੁਹਾਨੂੰ ਵਲੌਗ ਚ ਦਿਖਾਇਆ ਸੀਗਾ ਉਹ ਵਾਲਾ, ਮੈਨੂੰ ਇਹ ਤਾਂ ਉੜਦਾ ਤੀਰ ਬੱਖੀ ਚ ਮਾਰਿਆ ਵੀਰ, ਚੱਕੇ ਚੱਕੇ ਤੀਰ, 5 ਰੁਪਈਆ ਦਾ ਪੈਨ, ਮੈਨੂੰ ਹੁਣ ਪਤਾ ਲੱਗਿਆ ਉਹਦੇ ਵਿੱਚ ਸਿੱਕਾ ਹੈ ਨੀ, ਦੇਖੋ ਕੱਢ ਕੇ ਉਹਨੂੰ, ਸਿੱਕਾ ਕਿਹੜਾ ਸਿੱਕਾ, ਜਿਹੜਾ ਵਿੱਚ ਹੁੰਦਾ ਤੇ ਸਿੱਕਾ, ਪਤਾ ਨੀ, ਚਲੋ ਉਹ ਵੀ ਨੀ ਦਿੱਤਾ 5 ਰੁਪਏ, ਚਲੋ ਕੋਈ ਨੀ ਤੁਹਾਨੂੰ ਘਰ ਜਾ ਕੇ ਦਿਖਾਉਣਾ, ਮੈਂ ਆ ਗਈ ਹੁਣ ਏਡਨ ਕੋਟ, ਤੇ ਬਾਕੀ ਦਾ ਵਲੌਗ ਆਪਾਂ ਕੱਲ ਨੂੰ ਕੰਟੀਨਿਊ ਕਰਦੇ ਹਾਂ।
ਬਾਏ।